इसका नाम मुकेश था। 16 साल की उम्र में इसने पान और चादे का सेवन करना शुरू किया। उसके बाद इसकी आंखें देखें, क्या कातिल निगाहें हैं इसकी, आए हाय तेरी जुल्फें, क्या कहें इसके बारे में। उसके बाद इसकी मृत्यु हो गई। कृपया आप भी तंबाकू खा के भगवान को प्यारे हो जाए, ऐसा मैं आपको दुआ करता हूँ। मैनू ਤੇ ਹੁਣ ਦੱਸੋ ਮੈਂ ਕੀ ਕਰਾਂ। ਇਹ ਤਾਂ ਕੋਈ ਇਲਾਜ ਦੱਸੋ ਫਿਰ। ਅੱਛਾ ਦਵਾਈ ਦੇਣੀ, ਚਲੋ ਬੈਠੇ। ਉਹ ਬਹੁਤ ਦਿਨਾਂ ਤੋਂ ਗਾਹਕ ਨਹੀਂ ਨਾ ਆਏ ਤਾਂ ਕਰ। ਅੱਛਾ ਚੱਲ ਬੈਠਾ। ਹਾਂਜੀ ਦੱਸੋ ਜੀ ਤੁਹਾਨੂੰ ਕੀ ਹੋਇਆ ਜੀ ਬੇਟਾ ਦੱਸੋ। ਓ ਯੂ ਨੋਟੀ ਬੋਏ, ਇਹ ਤਾਂ ਕਹਿੰਦਾ ਮਤਲਬ ਇਹ ਆ ਵੀ ਇਹਨੂੰ ਨਾ दवाई दे ਟੀਕਾ ਲਾ ਕੇ ਪਰੇ ਕਰੀਏ। ਦੇਖੋ ਜੀ ਕੀ ਸਹੀ ਰਹਿੰਦਾ ਉਹ ਇਲਾਜ ਕਰ ਦਿੱਤੀ ਇਹਦਾ। ਇਹਨਾਂ ਨੂੰ ਹੁਣ ਮੈਂ ਕੀ ਦੱਸਾਂ ਸਾਲਾ, ਮੈਂ ਤਾਂ ਆਪ ਜਾਲੀ ਡਿਗਰੀ ਤੇ ਆਇਆ ਹੋਇਆ। ਚੱਲ ਯਾਰ ਦਵਾਈ ਦੂਈ ਦੇ ਕੇ ਫਿਰ ਕਰ ਦਿੰਦੇ ਹਾਂ ਇਹਨਾਂ ਨੂੰ ਪਰੇ। ਕੀ ਕਹਿ ਰਹੇ ਹੋ ਡਾਕਟਰ ਸਾਹਿਬ ਜੀ? ਮੈਂ ਸੋਚ ਰਿਹਾ ਜੀ ਤੁਹਾਨੂੰ ਫਿਰ ਦਵਾਈ ਦੇ ਦੀ, ਐਵੇਂ ਬੱਚੇ ਨੂੰ ਕਾਹਨੂੰ ਟੀਕਾ ਟਾਕਾ ਲਾਉਣਾ। ਹਾਂਜੀ ਤੁਸੀਂ ਦਵਾਈ ਦੇ ਦਿਓ ਜੀ, ਮੇਰਾ ਠੀਕ ਹੋਣਾ ਚਾਹੀਦਾ ਭਰਾ, ਜਿੱਦਾਂ ਮਰਜ਼ੀ ਬਸ ਤੁਸੀਂ ਦਵਾਈ ਦੇ ਦਿਓ। ਠੀਕ ਤਾਂ ਹੋ ਜੂਗਾ ਜੀ, ਇੱਕ ਬਸ ਸਿਰਫ 300 ਰੁਪਏ ਦੀ ਬਹੁਤ ਵਧੀਆ ਦਵਾਈ ਹੈ ਜੀ ਸਾਡੇ। ਦੋ ਬੂੰਦਾਂ ਪੀਂਦੇ ਮੈਂ ਕਹਿੰਦਾ ਇਹਦੇ ਮਿਸ ਕੋਲਾਂ ਬੰਦ ਹੋ ਜਾਣਗੀਆਂ ਜੀ ਇਹਦੀਆਂ। ਅੱਛਾ ਜੀ। ਹਾਂਜੀ ਰੇਟ ਥੋੜ੍ਹਾ ਜ਼ਿਆਦਾ ਨਹੀਂ? ਇੱਕ ਤਾਂ ਮਸੇ 300 ਰੁਪਏ ਸੀ, ਸਾਲੇ ਨੇ ਸਾਰੇ ਹੀ ਖਿੱਚ ਲਏ। ਦੇ ਦਿਓ ਜੀ, ਆਹ ਚੱਕੋ ਜੀ, ਹੈ ਤਾਂ ਵੈਸੇ ਪੁਰਾਣੀ ਪਰ ਚੱਲ ਦੇ ਦਈਏ। ਆਹ ਚੱਕੋ ਜੀ, ਬਸ ਫਰਕ ਪੈ ਜਾਏ ਯਾਰ। ਹੁਣ ਮੈਂ ਤੁਹਾਨੂੰ ਕੀ ਦੱਸਾਂ, ਅਸੀਂ ਨਵੀਂ ਸਕੀਮ ਲਏ ਹਾਂ, ਜੇ ਤੁਹਾਨੂੰ ਫਰਕ ਨਾ ਪਿਆ ਅਸੀਂ ਤੁਹਾਨੂੰ 300 ਵਾਪਸ ਕਰਾਂਗੇ ਜੀ। मरीज संतुष्ट नहीं होता तो 300 रुपए दी जान के डॉक्टर बोलो। ਕੱਲ੍ਹ ਇਹਨੇ ਮੇਰੇ ਤੋਂ 300 ਰੁਪਏ ਲੁੱਟੇ ਸੀ, ਸਕੀਮ ਲਾਉਣਾ ਕੋਈ, ਮੈਂ ਵੀ ਉਹ ਤੋਂ ਪੈਸੇ ਲੋੜਦਾ, ਆਪਣੇ ਪੈਸੇ ਤਾਂ ਪੂਰੇ ਕਰੀਏ। A few moments later ਹਾਂਜੀ ਦੱਸੋ ਜੀ ਕੀ ਪ੍ਰੋਬਲਮ ਆ ਜੀ ਤੁਹਾਨੂੰ? ਆ ਡਾਕਟਰ ਸਾਹਿਬ ਮੇਰੀ ਜੀਭ ਤੇ ਕੋਈ ਸਵਾਦ ਨਹੀਂ ਆ ਰਿਹਾ ਜੀ। ਟੇਸਟ ਨਹੀਂ ਆ ਰਹੀ? ਹਾਂਜੀ। ਇਹ ਕੀ ਚੱਕਰ ਪੈ ਗਏ ਤੁਹਾਡੇ ਤੇ? ਕੱਲ ਰਾਤੀ ਕੀ ਖਾਧੇ ਜੀ? 3 ਚੀਜ਼ਾਂ ਖਾਧੀਆਂ ਮੈਂ, ਕੜੀ ਚੌਲ ਖਾਧੇ, ਖੀਰ ਖਾਧੀ ਤੇ ਸ਼ਾਹੀ ਪਨੀਰ ਖਾਧਾ। ਇੰਨੀਆਂ ਆਈਟਮਾਂ ਮਿਲ ਗਈਆਂ? ਅੱਛਾ ਜੀ, ਤੇ ਮੇਰੇ ਹਿਸਾਬ ਨਾਲ ਤੁਸੀਂ ਮਟਰ ਪਨੀਰ ਨਹੀਂ ਖਾਧੇ, ਸ਼ਾਇਦ ਟੇਸਟ ਹੀ ਪਤਾ ਚੱਲ ਜਾਂਦਾ। ਅਜੀ ਮਟਰ ਪਨੀਰ ਨਹੀਂ ਖਾਧੇ ਮੈਂ, ਉਹਦਾ ਵੀ ਨਹੀਂ ਮੈਨੂੰ ਯਾਦ ਆਇਆ ਸਹੀ, ਅਗਰ ਜੇ ਖਾਧੇ ਹੁੰਦੇ ਤਾਂ ਵੀ ਨਹੀਂ ਆਉਂਦਾ। ਅੱਛਾ ਜੀ, ਬਾ ਫਿਰ ਉੱਥੇ ਹੀ ਕਿਰਪਾੜੀ ਆ। ਨਹੀਂ ਤੁਹਾਨੂੰ ਦੱਸ ਰਹੇ ਜੀ, ਦਵਾਈ ਦਾ ਕੰਮ ਨਹੀਂ, ਇਹ ਨਿਰਮਲ ਬਾਬਾ ਜੀ ਦਾ ਕਮਾਲ ਹੈ। ਤੁਸੀਂ ਤਾਂ ਡਾਕਟਰ ਹੋ ਜੀ, ਕੋਈ ਸਕੀਮ ਲਾਓ ਵੀ ਠੀਕ ਹੋ ਜਾਏ ਮੇਰੀ ਜੀਭ ਦਾ ਟੇ। ਦਵਾਈ ਤਾਂ ਦੇ ਦਿੰਦੇ ਜੇ ਨਾ ਬਣੀ ਫਿਰ ਨਿਰਮਲ ਦਰਬਾਰ ਹੀ ਜਾਣਾ ਪੈਣਾ ਤੁਹਾਨੂੰ। ਚਲੋ पेट्रोल है? हांजी। ਤੁਹਾਡੀ ਤੁਹਾਨੂੰ ਟੇਸਟ ਦਾ ਕੀ ਪਤਾ ਚੱਲੇ ਜੀ? ਬਾਜੀ ਜਦੋਂ ਪਿੱਤਾ ਨਾਲ ਹੀ ਟੇਸਟ ਦਾ ਪਤਾ ਚੱਲ ਗਿਆ ਵੀ ਹਾਂ ਇਹ ਤਾਂ ਪੈਟਰੋਲ ਹੈ। ਇਸ ਦਾ ਮਤਲਬ ਮੇਰੀ ਦਵਾਈ ਕਾਮਯਾਬ ਹੋ ਗਈ ਜੀ। ਲਿਆਓ ਜੀ 300 ਰੁਪਈਆ ਹੋਰ ਦੋ ਜੀ। ਵੈਸੇ ਆਪਾਂ ਕੋਈ ਧਾਕੜ ਸਕੀਮ ਲਾਈ ਨਹੀਂ, ਚਲੋ
ਫਾਇਦਾ ਹੀ ਹੋਇਆ ਨੁਕਸਾਨ ਤਾਂ ਨਹੀਂ ਚਾਲੀ ਲਿਆਤਾ ਅੱਗੇ ਸਾਡਾ ਕਲੀਨਿਕ ਚਾਲੀ ਦਿੱਤੀ ਹੋਰ ਬਟਾਤਾ ਬੈਠੋ ਜੀ ਹਾਂਜੀ ਦੱਸੋ ਹੁਣ ਤੁਹਾਨੂੰ ਕੀ ਹੋਇਆ ਜੀ ਮੱਖਟਾਰਾ ਸਾਹਿਬ ਦੇਖੋ ਜੀ ਮੈਨੂੰ ਕੁਛ ਦਿਖ ਨਹੀਂ ਰਿਹਾ ਜੀ ਸਵੇਰ ਦਾ ਦਿਖ ਨਹੀਂ ਰਿਹਾ ਜੀ ਹਾਂਜੀ ਤੁਹਾਡਾ ਹੀ ਇਲਾਜ ਕਰ ਦਿੰਦੇ ਹੁਣੇ ਆਹ ਦੱਸੋ ਕਿੰਨੀਆਂ ਉਂਗਲਾਂ ਮੇਰੀ ਸ਼ਰਤ ਦੇ ਅਕੋਰਡਿੰਗ ਜੋ ਤੁਹਾਡੇ 300 ਦੇਣੇ ਬਣਦੇ ਉਹ ਲੈ ਜਾਓ ਮੇਰੇ ਤੋਂ ਹੱਲ ਜੀ ਠੀਕ ਹੈ ਜੀ ਲੋ ਜੀ ਫਿਰ ਆ ਗਈ ਤੁਹਾਡੀ ਅੱਖਾਂ ਰੋਸ਼ਨੀ ਹੋ ਗਿਆ ਨਹੀਂ ਚਮਤਕਾਰ ਚੱਲ ਭਾਈ ਸਵੇਰੇ ਸਵੇਰੇ ਪਾਉਣੀ ਤਾਂ ਹੋ ਗਈ ਲਿਆਓ ਜੀ ਕੱਢੋ ਮੇਰੇ ਫਿਰ 300 ਰੁਪਇਆ ਏਦਾਂ ਹੀ ਹੈ ਜੀ ਫਿਰ ਡਾਕਟਰਾਂ ਤੇ ਉਦੋਂ ਸਮਝੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਦੁਕਾਨ ਵਧਾਉਣ ਦਾ ਟਾਈਮ ਹੋ ਗਿਆ ਬਹੁਤ ਪੈਸੇ ਇਕੱਠੇ ਕਰ ਲਿਆ ਜੀ ਜਾ ਸਕਦੇ ਠੀਕ ਆ ਬਸ 2000 years later. I am the one, the one, your son don't need a gun to get respect up on the street. Again, look. ਹੁਣ ਇਹਦਾ ਮੈਂ ਹੁਣ ਗੇਮ ਤਾਂ ਖੇਡ ਲੈਂਦੇ ਆਹ ਦੱਸੋ ਜੀ ਕਿੰਨੀਆਂ ਉਂਗਲਾਂ 6 ਤਾਂ ਜੀ ਇੱਕ ਅੱਚ ਨਹੀਂ ਹੁੰਦੇ ਤੁਸੀਂ ਇੱਕ ਉਂਗਲ ਨੂੰ 6 ਕਹਿਤਾ ਜੀ ਬਹੁਤ ਪਾਈ ਕੋਈ ਨਾ ਮੈਂ ਪਹਿਲੇ ਕਿਹਾ ਕੁੱਟੂ ਬਹੁਤ